ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੱਲ ਕਰਨ ਲੱਗਿਆ ਕੰਗਨਾ ਰਣੌਤ ਦੀ। ਇਹਦੀ ਐਮਰਜੈਂਸੀ ਮੂਵੀ ਆਈ ਔਰ ਸਾਡੇ ਸਾਰੇ ਪੰਜਾਬ ਦੇ ਲੋਕ ਇਹ ਕਹਿ ਰਹੇ ਆ ਕਿ ਉਹਦੇ ਵਿੱਚ ਸਿੱਖਾਂ ਨੂੰ ਇਹਨੇ ਬਹੁਤ ਜ਼ਿਆਦਾ ਜਿਹੜਾ ਉਹਦਾ ਕਿਰਦਾਰ ਆ ਉਹ ਮਾੜਾ ਵਿਖਾਇਆ। ਹੁਣ ਉਹ ਜਿਹੜਾ ਇਹਨੇ ਮਾੜਾ ਵਿਖਾਇਆ, ਜਦੋਂ ਸਿੱਖਾਂ ਦੇ ਕਿਰਦਾਰ ਨੂੰ ਹਰਦਮ ਇਹ ਮਾੜਾ ਦੱਸਦੀ ਆ, ਤਾਂ ਉਹਨਾਂ ਦਾ ਕਿਰਦਾਰ ਕਿਵੇਂ ਚੰਗਾ ਹੋ ਸਕਦਾ, ਉਹਨਾਂ ਦਾ ਚੰਗਾ ਕਿਰਦਾਰ ਕਿਵੇਂ ਵਿਖਾ ਸਕਦੀ ਆ ਫਿਲਮਾਂ ਦੇ ਵਿੱਚ। ਕੰਗਨਾ ਰਣੌਤ ਜਾਣ ਬੁੱਝ ਕੇ ਸਿੱਖਾਂ ਨੂੰ ਭੜਕਾ ਰਹੇ ਆ ਤੁਸੀਂ, ਜਾਣ ਬੁੱਝ ਕੇ ਵੀ ਆਪੇ ਸਿੱਖ ਭੜਕਣਗੇ, ਕਿਉਂਕਿ ਜਿਹੜੇ ਸਿੱਖ ਆ ਇਹ ਦਿਲ ਤੋਂ ਕੰਮ ਲੈਣ ਵਾਲੇ ਆ, ਇਹ ਤੁਹਾਡੇ ਤਰ੍ਹਾਂ ਹੁਸ਼ਿਆਰ ਨਹੀਂ ਗੇ। ਜੇਕਰ ਹੁਸ਼ਿਆਰ ਹੁੰਦੇ ਤਾਂ ਇਹ ਅੱਜ ਦੀ ਅੱਖੀ ਯਾਦ ਰੱਖੋ, ਦਿੱਲੀ ਦੇ ਵਿੱਚ ਰਾਜ ਇਹਨਾਂ ਦਾ ਹੋਣਾ ਸੀ, ਔਰ ਜਿਹੜੀਆਂ ਅੱਜ ਮੰਤਰੀਆਂ ਦੀਆਂ ਕੁਰਸੀਆਂ ਤੁਹਾਡੇ ਕੋਲ ਆ, ਅੱਜ ਉਹ ਇਹਨਾਂ ਕੋਲ ਹੋਣਾ ਸੀ। ਹੁਣ ਇਹ ਅਸਲ ਦੇ ਵਿੱਚ ਜਿਹੜੇ ਸਿੱਖ ਆ ਇਹ ਭਾਵੁਕ ਹੋ ਜਾਂਦੇ ਆ, ਇਹ ਦਿਲ ਤੋਂ ਕੰਮ ਲੈਂਦੇ ਆ, ਇਹ ਕਦੇ ਦਿਮਾਗ ਤੋਂ ਕੰਮ ਨਹੀਂ ਲੈਂਦੇ, ਕਿਉਂਕਿ ਇਹ ਸਿੱਧਾ ਰੱਬ ਨੂੰ ਮੰਨਦੇ ਆ, ਔਰ ਜਿਹੋ ਜਿਹੇ ਇਹ ਆਪ ਆ ਉਹੋ ਜਿਹੇ ਦੂਜਿਆਂ ਨੂੰ ਸਮਝਦੇ ਆ। ਅਤੇ ਤੂੰ ਉਹਦੇ ਫਿਲਮਾਂ ਦੇ ਵਿੱਚ ਤਾਂ ਜਿਹੜਾ ਕਹਿ ਲਓ ਉਂਝ ਤਾਂ ਬੋਲਦੀ ਸੀ ਕਿ ਸਿੱਖ ਆਏ ਆ, ਖਾਲਿਸਤਾਨੀ ਆ, ਆ ਉਹ ਆ, ਅਤੇ ਹੁਣ ਇੱਕ ਫਿਲਮ ਵੀ ਕੱਢ ਲਈ ਆ ਐਮਰਜੈਂਸੀ, ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਉਹਦਾ ਜਿਹੜਾ ਰੋਲ ਆ ਤੂੰ ਬੜਾ ਮਾੜਾ ਵਿਖਾਇਆ। ਕੰਗਨਾ ਰਣੌਤ, ਮੈਂ ਗੱਲਾਂ ਚਾਰ ਪੰਜ ਕਹੂੰਗਾ। ਪਹਿਲਾ ਨੰਬਰ ਤਾਂ ਇਹ ਕਿ ਜੇਕਰ ਸਿੱਖ ਮਾੜੇ ਆ ਤਾਂ ਜਿੰਨੇ ਆਹ ਬਲਾਤਕਾਰ ਦੀਆਂ ਘਟਨਾ ਜਿੰਨੀਆਂ ਹੁੰਦੀਆਂ, ਜਦੋਂ ਲੋਕ ਇਨਸਾਫ ਲੈਣ ਵਾਸਤੇ ਮੋਮਬੱਤੀਆਂ ਚੱਕਦੇ ਆ, ਇਹ ਅੱਜ ਦੀ ਅੱਖੀ ਯਾਦ ਰੱਖ ਲਾ, ਪੰਜਾਬ ਦੇ ਵਿੱਚ ਜੇਕਰ ਆਹ ਕੋਲਕਾਤੇ ਵਾਲਾ ਮਸਲਾ ਹੋਇਆ ਹੁੰਦਾ ਤਾਂ ਯਾਦ ਰੱਖੋ ਫਿਰ ਹੁੰਦਾ ਕੀ ਸੀ, ਤੁਸੀਂ ਆਪ ਵੇਖ ਲਿਆ ਜੇ। ਸਾਡਾ ਪੰਜਾਬ ਜਦੋਂ ਕਿਤੇ ਵੀ, ਯਾਦ ਰੱਖੋ, ਜਦੋਂ ਕਿਤੇ ਵੀ ਮੀਂਹ, ਹਨੇਰੀਆਂ, ਤੂਫਾਨ ਆਉਂਦੇ ਆ, ਨੁਕਸਾਨ ਹੁੰਦੇ ਆ, ਉੱਥੇ ਜਾ ਕੇ ਪੰਜਾਬ ਦੇ ਲੋਕ ਖੜ ਜਾਂਦੇ ਆ। ਉਸ ਟਾਈਮ ਕੰਗਣਾ 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 ਪਥਿਆਉਂਦੀ ਨਹੀਂ, ਪਤਾ ਨਹੀਂ ਕਿੱਥੇ ਆ। ਹੁਣ ਆਹ ਕਲਕੱਤੇ ਦੇ ਵਿੱਚ ਕੀ ਕੁਛ ਹੋਇਆ, ਫਿਲਮ ਬਣਾਉਣੀ ਸੀ ਉਹਦੇ 'ਤੇ। ਜੇਕਰ ਗੱਲ ਇਹ ਆਉਂਦੀ ਆ, ਪਹਿਲਾਂ ਤਾਂ ਮੈਂ ਮਾਨ ਸਾਹਿਬ ਨੂੰ ਬੇਨਤੀ ਕਰ ਦੇਵਾਂ ਕਿ ਮਾਨ ਸਾਹਿਬ ਤੁਸੀਂ ਵੀ ਸਿੱਖਾਂ ਦੇ ਪੁੱਤ ਆ, ਔਰ ਤੁਸੀਂ ਪੰਜਾਬ ਦੇ ਵਿੱਚ ਹੀ ਜੰਮੇ ਪਲੇ ਆ, ਤੁਹਾਨੂੰ ਪਤਾ ਵੀ ਸਿੱਖ ਕਿੰਨੇ ਕੁ ਮਾੜੇ ਆ, ਕਿੰਨੇ ਕੁ ਚੰਗੇ ਨਹੀਂ। ਜੇ ਤਾਂ ਇਹਨਾਂ ਦੀ ਗੁਲਾਮੀ ਚੰਗੀ ਤਰ੍ਹਾਂ ਕੋਈ ਸਹਿਲੇ ਫਿਰ ਤਾਂ ਹਰ ਕੋਈ ਬੰਦਾ ਚੰਗਾ। ਜੇਕਰ ਇਹਨਾਂ ਦੀ ਇਹਨਾਂ ਦੀਆਂ ਗੱਲਾਂ ਦੀ ਬਗਾਵਤ ਕਰ ਲਈਏ, ਕਾਲੇ ਕਾਨੂੰਨ ਆਏ ਚਾਹੇ ਉਹ ਕੋਈ ਹੋਰ ਕਾਨੂੰਨ ਆਏ ਹੋਣ, ਪੰਜਾਬ ਨੇ ਉਹਨਾਂ ਦੀ ਵਿਰੋਧਤਾ ਕੀਤੀ ਅਤੇ ਉਹਨਾਂ ਨੂੰ ਇਹ ਆਤੰਕਵਾਦੀ ਦੱਸਣ ਲੱਗ ਗਏ, ਉਹਨਾਂ ਨੂੰ ਇਹ ਜਿਹੜਾ ਕਹਿ ਲਓ ਆਤੰਕਵਾਦੀ ਦੱਸਣ ਲੱਗ ਗਏ, ਉਹਨਾਂ ਨੂੰ ਇਹ ਖਾਲਿਸਤਾਨੀ ਦੱਸਣ ਲੱਗ ਗਏ। ਫਿਰ ਜਿਹੜੇ ਸਿੱਖਾਂ ਦੇ ਪੁੱਤਾਂ ਨੂੰ ਇਹ MLA MP ਦੀਆਂ ਚੋਣਾਂ ਲੜਾ ਦਿੰਦੇ ਆ, ਫਿਰ ਤੁਸੀਂ ਇੱਕ ਗੱਲ ਦੱਸੋ ਵੀ ਉਹ ਵੀ ਫਿਰ ਖਾਲਿਸਤਾਨੀ ਹੋਏ? ਪੰਜਾਬ ਦੇ ਵਿੱਚ ਪੈਦਾ ਹੋਣਾ ਉਹ ਭਰਾਵੋ ਇਹ ਕੋਈ ਆਤੰਕਵਾਦੀ ਨਹੀਂ ਹੁੰਦੇ, ਉਹ ਇਹ ਦਿਲਬਾਜ਼ੀ ਹੁੰਦੇ ਆ, ਇਹ ਦਿਲ ਨਾਲ ਕੰਮ ਲੈਂਦੇ ਆ ਅਤੇ ਦਿਲ ਨਾਲ ਖੜ੍ਹਦੇ ਆ। ਮਾਨ ਸਾਹਿਬ, ਤੁਹਾਨੂੰ ਬੇਨਤੀ ਇਹ ਆ ਕਿ ਮੇਰੇ ਨਾਲੋਂ ਵੱਧ ਤੁਸੀਂ ਜਾਣਦੇ ਆ ਪੰਜਾਬ ਦੇ ਲੋਕਾਂ ਨੂੰ, ਪਰ ਜੇਕਰ ਇਹਦੀ ਐਮਰਜੈਂਸੀ ਮੂਵੀ ਪੰਜਾਬ ਦੇ ਵਿੱਚ ਰਿਲੀਜ਼ ਹੁੰਦੀ ਆ, ਸਿਨੇਮਿਆਂ ਦੇ ਵਿੱਚ ਲੱਗਦੀ ਆ, ਅਤੇ ਗੱਲ ਯਾਦ ਰੱਖੋ ਜੇ ਸਭ ਤੋਂ ਜ਼ਿਆਦਾ ਬਦਨਾਮੀ ਪੰਜਾਬ ਦੇ ਵਿੱਚ ਤੁਹਾਡੀ ਆ ਕਿ ਪੰਜਾਬ ਦੇ ਲੋਕਾਂ ਨੂੰ ਆਤੰਕਵਾਦੀ ਦੱਸਿਆ ਹੋਵੇ, ਸਿੱਖਾਂ ਨੂੰ ਮਾੜਾ ਦੱਸਿਆ ਹੋਵੇ, ਅਤੇ ਫਿਰ ਸਾਡੇ ਮੂੰਹ 'ਤੇ ਥੁੱਕਣ ਵਾਲੀ ਗੱਲ ਹੋ ਜੂਗੀ। ਯਾਦ ਰੱਖੋ ਜੇਕਰ ਉਹਨਾਂ ਦੀ ਮੂਵੀ ਇਹ ਪੰਜਾਬ 'ਚ ਲੱਗਦੀ ਆ, ਅਤੇ ਪਹਿਲਾ ਨੰਬਰ। ਉਸ ਤੋਂ ਬਾਅਦ ਕੰਗਨਾ ਰਣੌਤ ਨੂੰ ਇਹ ਕਹਿੰਦਾ ਕਿ ਕੰਗਨਾ ਰਣੌਤ ਜੀ,
ਹੁਣ ਮੈਂ ਬੀਜੇਪੀ ਨੂੰ ਵੀ ਕਹਿ ਦੇਵਾਂ ਕਿ ਮੇਰੀ ਬੀਜੇਪੀ ਵਾਲਿਆਂ ਨੂੰ ਬੇਨਤੀ ਆ ਕਿ ਜੇਕਰ ਕੋਈ ਪੰਜਾਬ ਦੀ ਧੀ ਭੈਣ ਜਦੋਂ ਇਹ ਕਿਸੇ ਨੂੰ ਮਾੜਾ ਬੋਲਦੀ ਆ ਉਹ ਉਦੋਂ ਇਹਨੂੰ ਕੋਈ ਕੁਛ ਕਵੇ ਉਸ ਟਾਈਮ 'ਤੇ ਤਾਂ ਭਾਈ ਤੁਸੀਂ ਕਾਰਵਾਈਆਂ ਵੀ ਕਰ ਦੋਗੇ। ਪਰ ਅੱਜ ਤੁਹਾਡਾ ਸਮਝਾਉਣ ਦਾ ਵੇਲਾ, ਇਹਨੂੰ ਸਮਝਾਓ ਤੁਸੀਂ ਵੀ ਇੰਡੀਆ ਦੇ ਵਿੱਚ ਆਪਾਂ ਬੈਠੇ ਆ, ਇੱਕ ਤੁਸੀਂ ਪੰਜਾਬ ਨੂੰ ਕਿਉਂ ਜਿਹੜਾ ਟਾਰਗੇਟ ਕੀਤਾ ਆ, ਜਦੋਂ PK ਵਰਗੀਆਂ ਮੂਵੀਆਂ ਆਉਂਦੀਆਂ ਜਾਂ ਜਿਹੜੀ ਆਪਣੀ ਹੋਰ ਇੱਕ ਮੂਵੀ ਆਈ ਸੀਗੀ ਆ ਜਿਹੜਾ ਆਪਣਾ ਅਮੀਰ ਖਾਨ ਕੀ ਨਾਮ ਸੀ ਉਹਦਾ, ਅਮੀਰ ਖਾਨ ਆ ਜਿਹੜਾ ਜਿਹਦੀ PK ਮੂਵੀ ਆਈ ਆ, ਹੁਣ ਜਿਹੜਾ ਉਹ PK ਮੂਵੀ ਵਾਲਾ ਉਹਦੀਆਂ ਜਦੋਂ ਮੂਵੀਆਂ ਆਉਂਦੀਆਂ ਤੁਸੀਂ ਨਾਲ ਦੀ ਨਾਲ ਜਿਹੜਾ ਕਹਿ ਲਓ ਨਾਲ ਦੀ ਨਾਲ ਧਰਨੇ ਮੁਜ਼ਾਹਰੇ ਹੋ ਜਾਂਦੇ ਆ ਕਿ ਹਮ ਇਸਕੀ ਮੂਵੀ ਨਹੀਂ ਚੱਲਣੇ ਦੇਣਗੇ, ਇਸਨੇ ਯੇ ਕਰਦੀ ਆ, ਇਸਨੇ ਵੋ ਕਰਦੀ ਆ। ਪਰ ਆਜ ਆਪ ਬਤਾਏ ਔਰ ਜੋ ਆਪਕੀ ਇਹ ਕੰਗਨਾ ਰਨੌਤ ਹੈ, ਇਹ ਦੇਸ਼ ਕੀ ਦੀ ਭੈਣ ਹੈ, ਇਸੇ ਤੋਂ ਚਾਹੀਏ ਨਹੀਂ ਕਿਸੀ ਧਰਮ ਕੇ ਖਿਲਾਫ ਬੋਲਣਾ। ਕਭੀ ਵੀ ਆਪਕੇ ਖਿਲਾਫ ਕਿਸੀ ਨੇ, ਹਮਾਰੇ ਪੰਜਾਬ ਕੇ ਲੋਗੋ ਨੇ ਆਪਕੇ ਖਿਲਾਫ, ਆਪਕੇ ਧਰਮ ਕੇ ਖਿਲਾਫ ਕੁਛ ਬੋਲਾ ਹੈ? ਜੋ ਬੋਲਤਾ ਹੋਗਾ ਵੋ ਉਸੇ ਆਪ ਸਜ਼ਾ ਵੀ ਦੇਤੇ ਹੋਗੇ। ਔਰ ਪੰਜਾਬ ਕੇ ਵਿਅਕਤੀ ਕੋਈ ਆ ਕਭੀ ਵੀ ਕਦੇ ਵੀ ਪੰਜਾਬ ਦੇ ਜਿਹੜੇ ਲੋਕ ਆ ਉਹ ਕਿਸੇ ਦੇ ਧਰਮ 'ਤੇ ਉਂਗਲੀ ਨਹੀਂ ਚੱਕਦੇ ਛੇਤੀ ਕਿਤੇ। ਪਰ ਅੱਜ ਜਿਹੜਾ ਕਹਿ ਲਓ ਕੰਗਣਾ ਰਨੌਤ ਨੂੰ ਸਮਝਾਉਣ ਦਾ ਵੇਲਾ, ਤੁਸੀਂ ਸਮਝਾਓ ਅੱਜ ਇਹ MP ਆ ਅਤੇ MP ਬਣ ਕੇ ਇੱਕ ਕੌਮ ਨੂੰ ਟਾਰਗੇਟ ਕਰਨਾ, ਜਿੱਥੋਂ ਤੁਸੀਂ MP ਦੀਆਂ ਚੋਣਾਂ ਲੜਦੇ ਹੋਵੋਗੇ, ਜਿੱਥੋਂ ਤੁਹਾਡੀ ਪਾਰਟੀ MLA ਦੀਆਂ ਚੋਣਾਂ ਲੜਦੀ ਹੋਊਗੀ, ਉੱਥੇ ਸਿੱਖ ਬੈਠੇ ਹੋਣਗੇ ਅਤੇ ਫਿਰ ਉਹਨਾਂ ਤੋਂ ਵੋਟ ਕਿਵੇਂ ਮੰਗੋਗੇ? ਇਹ ਭਰਾਵੋ ਇਹ ਗਲਤ ਹੋ ਰਿਹਾ। ਔਰ ਕੰਗਣਾ ਰਨੌਤ ਜੇਕਰ ਫਿਲਮਾਂ ਬਣਾਉਣੀਆਂ ਹੀ ਆ ਤਾਂ ਫਿਲਮਾਂ ਬਣਾ, ਪਰ ਫਿਲਮਾਂ ਬਣਾ ਜਿਹੜੀ ਦੇਸ਼ ਦੇ ਵਿੱਚ ਬਿਨਾਂ ਇਲਾਜ ਤੋਂ ਲੋਕ ਮਰਦੇ ਆ, ਅਤੇ ਸਰਕਾਰ ਤੇਰੀ ਹੋਵੇ, ਸਰਕਾਰ ਤੇਰੀ ਹੋਵੇ, ਤੇਰੀ ਸਰਕਾਰ ਦੇ ਵਿੱਚ UP ਬਿਹਾਰ ਤੋਂ ਆ ਕੇ ਜਿੱਥੇ ਤੁਹਾਡੀ ਸਰਕਾਰ ਆ ਉੱਥੋਂ ਦੇ ਲੋਕ ਆ ਕੇ ਇੱਥੇ ਪੰਜਾਬ ਦੇ ਵਿੱਚੋਂ ਰੁਜ਼ਗਾਰ ਲੈਂਦੇ ਹੋਣ, ਇਸ ਮਸਲਿਆਂ 'ਤੇ ਫਿਲਮਾਂ ਬਣਾ, ਇਹ ਮਸਲੇ ਵਿਖਾ। ਇਸ ਦੇਸ਼ ਦੇ ਵਿੱਚ ਬਿਨਾਂ ਇਲਾਜ ਤੋਂ ਬਿਨਾਂ ਰੋਟੀ ਤੋਂ ਲੋਕ ਸੜਕਾਂ 'ਤੇ ਘੁੰਮਦੇ ਹੋਣ, ਛੋਟੇ ਛੋਟੇ ਬੱਚੇ ਸੜਕਾਂ 'ਤੇ ਮੰਗਦੇ ਫਿਰਦੇ ਆ। ਜੇਕਰ ਫਿਲਮ ਬਣਾਉਣੀ ਆ ਤਾਂ ਉਹਨਾਂ ਛੋਟੇ ਛੋਟੇ ਬੱਚਿਆਂ 'ਤੇ ਬਣਾ। ਵੀ ਦੇਸ਼ ਨੂੰ 78 ਸਾਲ ਹੋ ਗਏ ਆਜ਼ਾਦ ਹੋਏ ਨੂੰ, ਕਰੋੜਾਂ ਰੁਪਈਆ ਅਸੀਂ ਆਜ਼ਾਦੀ ਵਾਲੇ ਦਿਨ ਲਾ ਦਿੰਦੇ ਹਾਂ, ਪਰ ਅਫਸੋਸ ਦੀ ਗੱਲ ਕਿ ਸਾਡੇ ਜਿਹੜੇ ਬੱਚੇ ਛੋਟੇ ਛੋਟੇ ਦੇਸ਼ ਦੇ ਉਹ ਸੜਕਾਂ 'ਤੇ 5-5 10-10 ਰੁਪਈਏ ਮੰਗਦੇ ਫਿਰਦੇ ਆ। ਅਤੇ ਤੁਸੀਂ ਇਹ ਗੱਲ ਦੱਸੋ ਇਹ ਫਿਲਮਾਂ ਕਿਉਂ ਨਹੀਂ ਬਣਾਉਂਦੇ? ਕਿਉਂ ਸਰਕਾਰ ਦੀ ਬੇਇੱਜ਼ਤੀ ਹੋਊਗੀ ਤਾਂ ਕਰਕੇ? ਦੂਜੀ, ਜਿਹੜੇ ਇੱਥੇ ਲੋਕ ਬਿਨਾਂ ਇਲਾਜ ਤੋਂ NGO ਦੀਆਂ ਮਦਦਾਂ ਲੈ ਕੇ ਆਪਦੇ ਬੱਚਿਆਂ ਦਾ ਬਜ਼ੁਰਗਾਂ ਦਾ ਇਲਾਜ ਕਰਵਾਉਂਦੇ ਆ, ਇਸ ਮਸਲੇ 'ਤੇ ਫਿਲਮ ਬਣਾ। ਫਿਲਮ ਦਾ ਨਾਮ ਰੱਖੀ ਬਿਨਾਂ ਇਲਾਜ ਤੋਂ ਦੇਸ਼। ਔਰ ਮੰਤਰੀਆਂ ਦੇ ਰੋਲ ਵਿਖਾਈ, ਜੇਕਰ ਖੰਘ ਲੱਗੇ ਤਾਂ ਦਿੱਲੀ ਦਾਖਲ, ਜੇਕਰ ਕੋਈ ਮਾੜੀ ਮੋਟੀ ਵੱਡੀ ਬਿਮਾਰੀ ਤਾਂ ਬਾਹਰਲੀ ਕੰਟਰੀ 'ਚ ਦਾਖਲ। ਇਹ ਚੀਜ਼ ਵਿਖਾਓ, ਜੇ ਇਹ ਚੀਜ਼ਾਂ ਵਿਖਾਉਣ ਦੀ ਲੋੜ ਆ। ਜੇ ਉਸ ਤੋਂ ਬਾਅਦ ਜੇ ਸੱਚ ਬੋਲੋ, ਜੇ ਸੱਚ ਬੋਲੇ ਤਾਂ ਡਿਬੜੂਗੜ੍ਹ ਸਿੱਟ ਦਿਓ, ਇਹ ਵੀ ਫਿਲਮ ਬਣਾ, ਡਿਬੜੂਗੜ੍ਹ ਜੇਲ੍ਹ। ਜੇ ਫਿਲਮਾਂ ਬਣਾਉਣੀਆਂ, ਫਿਲਮਾਂ ਦੇ ਨਾਂ ਅਸੀਂ ਦੱਸੀ ਜਾਂਦੇ ਹਾਂ, ਸਟੋਰੀਆਂ ਸਾਡੇ ਨਾਲੋਂ ਜ਼ਿਆਦਾ ਪਤਾ ਤੁਹਾਨੂੰ ਹੋਣੀਆਂ। ਇਹ ਯਾਦ ਰੱਖੋ, ਸਾਡਾ ਦੇਸ਼ ਅੱਜ ਦੋ ਡੰਗ ਦੀ ਰੋਟੀ ਪਿੱਛੇ ਉਹਨਾਂ ਗੋਰਿਆਂ ਕੋਲ ਜਾਂਦਾ ਹੋਵੇ ਅਤੇ ਤੂੰ ਵੀ ਉਸ ਪਾਰਟੀ ਦੇ ਵਿੱਚ ਹੋਵੇਂ
ਕੰਗਨਾ ਰਣੌਤ ਇਹ ਚੀਜ਼ਾਂ ਵਿਖਾ, ਅੱਜ ਇਹ ਫਿਲਮਾਂ ਵਿਖਾਉਣ ਦੀ ਲੋੜ ਆ, ਨਾ ਕਿ ਕਿਸੇ ਕੌਮ ਨੂੰ ਟਾਰਗੇਟ ਕਰਕੇ ਉਹਨੂੰ ਆਤੰਕਵਾਦੀ ਦੱਸਣਾ, ਉਹਨੂੰ ਜਿਹੜਾ ਕਹਿ ਲਓ ਕਿ ਉਹਨੂੰ ਸਿੱਖਾਂ ਨੂੰ ਖਾਲਿਸਤਾਨੀ ਦੱਸਣਾ। ਯਾਦ ਰੱਖੋ ਕਿ ਇਹ ਤੁਸੀਂ ਜਾਣ ਬੁੱਝ ਕੇ ਭੜਕਾਉਣ ਦਾ ਕੰਮ ਕਰਦੇ ਆ ਅਤੇ ਤੁਹਾਨੂੰ ਕੋਈ ਰੋਕ ਨਹੀਂ ਰਿਹਾ। ਇਹਦਾ ਮਤਲਬ ਕੀ ਆ ਕਿ ਤੁਹਾਨੂੰ ਸਰਕਾਰ ਦੀ ਛਹਿ ਆ ਤੁਹਾਨੂੰ ਸਰਕਾਰ ਦੀ। ਇੱਕ ਪਾਸੇ ਇਹ ਕਿਹਾ ਜਾਵੇ ਕਿ ਬੇਟੀ ਬਚਾਓ ਬੇਟੀ ਪੜ੍ਹਾਓ, ਬੇਟੀ ਬਚਾਈ ਬੇਟੀ ਪੜ੍ਹਾਈ, ਪਰ ਹੌਸਪੀਟਲਾਂ ਦੇ ਵਿੱਚ ਉਹਦੇ ਨਾਲ ਆ ਦਰਿੰਦਗੀਆਂ ਹੋਣੀਆਂ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਚੁੱਪ ਹੋਵੇ, ਉਸ ਸਟੇਟ ਦਾ ਮੁੱਖ ਮੰਤਰੀ ਚੁੱਪ ਹੋਵੇ। ਜੇਕਰ ਫਿਲਮਾਂ ਬਣਾਉਣੀਆਂ ਤਾਂ ਦਰਿੰਦਗੀ ਦੇਸ਼ ਬਣਾ, ਇੰਡੀਆ ਦੇ ਵਿੱਚ ਦਰਿੰਦਗੀ ਫਿਲਮ ਦਾ ਨਾਂ ਰੱਖ ਦੀ। ਕਿਹੜੀਆਂ ਕਿਹੜੀਆਂ ਫਿਲਮਾਂ ਦੇ ਨਾਂ ਦੱਸੀਏ? ਗਰੀਬ ਰੋਟੀ ਤੋਂ ਤੰਗ ਵਿਖਾਓ ਕਿ ਅੱਜ ਵੀ ਲੋਕ ਆਦਿਵਾਸੀ ਹੋਏ ਪਏ ਆ, ਉਹ ਆਪਾਂ ਆਜ਼ਾਦੀਆਂ ਮਨਾਉਂਦੇ ਫਿਰਦੇ ਹਾਂ ਦੋ ਡੰਗ ਦੀ ਰੋਟੀ ਪਿੱਛੇ, ਉਹ ਸਾਡੇ ਜਿਹੜੇ ਆ ਧੀਆਂ ਪੁੱਤ ਆ ਇਸ ਦੇਸ਼ ਦੇ, ਉਹ ਉਹਨਾਂ ਅੰਗਰੇਜ਼ਾਂ ਕੋਲ ਜਾਂਦੇ ਆ, ਅਤੇ ਤੁਸੀਂ ਆਜ਼ਾਦੀਆਂ ਵਾਲੇ ਦਿਨ ਸਲੂਟ ਕਿਹਨੂੰ ਮਾਰਦੇ ਆ? ਜੇਕਰ ਦੇਸ਼ ਨੂੰ ਅੱਗੇ ਲੈ ਕੇ ਕੋਈ ਜਾ ਰਿਹਾ ਤਾਂ ਉਹਦਾ ਨਾਂ ਦੱਸੋ। ਅੰਗਰੇਜ਼ਾਂ ਵੇਲੇ ਵੀ ਭੁੱਖ ਸੀ, ਮਨੂਵਾਦੀਆਂ ਵੇਲੇ ਵੀ ਭੁੱਖ ਸੀ, ਗਰੀਬ ਰੋਟੀ ਤੋਂ ਤਰਸਦਾ ਸੀ ਅਤੇ ਗਰੀਬ ਅੱਜ ਵੀ ਰੋਟੀ ਤੋਂ ਤਰਸ ਰਿਹਾ। ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਦੇ ਇਲਾਜ ਹੋ ਜਾਣੇ ਪਰ ਕਿਸੇ ਗਰੀਬ ਦਾ ਇਲਾਜ ਨਹੀਂ ਹੁੰਦਾ ਸੀ। ਦੱਸੋ ਫਿਰ ਇਹਨਾਂ ਦੇ ਫਿਲਮਾਂ ਕਦੋਂ ਬਣਾਉਂਗੇ? ਅਤੇ ਅੱਜ ਵੀ ਦੇਸ਼ ਦੇ ਵਿੱਚ ਉਵੇਂ ਚੱਲੀ ਜਾਂਦਾ ਕੰਮ। ਕੰਗਨਾ ਰਣੌਤ, ਬੇਨਤੀ ਆ ਤੁਹਾਨੂੰ ਕਿ ਆਪਾਂ ਇੱਕ ਦੇਸ਼ ਦੇ ਹਾਂ ਅਤੇ ਇੱਕ ਦੇਸ਼ ਦੇ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਵਿੱਚੋਂ ਅਸੀਂ ਧੀਆਂ ਪੁੱਤ ਆਰਮੀ ਦੇ ਵਿੱਚ ਭੇਜਦੇ ਹਾਂ, ਸਾਡੇ ਧੀਆਂ ਪੁੱਤਾਂ ਦੇ ਝੰਡੇ ਪਾ ਕੇ ਆ ਜਾਂਦੇ ਆ ਇੱਥੇ। ਇੱਕ ਪਾਸੇ ਆਪਾਂ ਆਰਮੀ ਲਾਈ ਆ ਤਾਂ ਕਿ ਦੇਸ਼ ਬਚਾਇਆ ਜਾ ਸਕੇ ਵਿਰੋਧੀ ਕੰਟਰੀਆਂ ਤੋਂ, ਵਿਰੋਧੀ ਦੇਸ਼ਾਂ ਤੋਂ, ਅਤੇ ਦੂਜੇ ਪਾਸੇ ਆਪਣਾ ਆਪ ਹੀ ਦੇਸ਼ ਨੂੰ ਤੁਸੀਂ ਟਾਰਗੇਟ ਕਰੀ ਜਾਂਦੇ ਆ। ਤੁਸੀਂ ਤਾਂ ਲੋਕਾਂ ਨੂੰ ਸਮਝਾਉਣਾ ਹੁੰਦਾ। ਜੇ ਇਹ ਗੱਲ ਆ, ਮੈਂ ਕੋਈ, ਯਾਦ ਰੱਖੋ ਅਸੀਂ ਕੋਈ, ਮੈਂ ਕੋਈ ਖਾਲਿਸਤਾਨ ਦੀ ਸਪੋਰਟ ਨਹੀਂ ਕਰਦਾ, ਮੈਂ ਭਾਰਤ ਦੀ ਸਪੋਰਟ ਕਰਦਾ। ਮੈਂ ਨਾ ਹਿੰਦੂ ਰਾਸ਼ਟਰ ਦੀ ਸਪੋਰਟ ਕਰਦਾ, ਨਾ ਮੈਂ ਖਾਲਿਸਤਾਨ ਦੀ ਸਪੋਰਟ ਕਰਦਾ। ਨਾ ਮੈਂ ਖਾਲਿਸਤਾਨ ਦੀ ਸਪੋਰਟ ਅੱਜ ਕਰਾਂ, ਨਾ ਮੈਂ ਕੱਲ੍ਹ ਕਰਾਂ, ਨਾ ਹੀ ਅਸੀਂ ਹਿੰਦੂ ਰਾਸ਼ਟਰ ਦੀ ਸਪੋਰਟ ਕਰੀਏ। ਅਸੀਂ ਸਪੋਰਟ ਕਰਦੇ ਹਾਂ ਆਪਦੇ ਭਾਰਤ ਦੇਸ਼ ਦੀ, ਅਸੀਂ ਇੰਡੀਆ ਦੀ ਸਪੋਰਟ ਕਰਦੇ ਹਾਂ। ਪਰ ਉਸ ਇੰਡੀਆ ਦੇ ਵਿੱਚ ਜਿਹੜੇ ਮੰਤਰੀ ਬਣੇ ਹੋਏ ਆ ਉਹ ਦੇਸ਼ ਵਾਸਤੇ ਕੁਛ ਕਰ ਨਹੀਂ ਰਹੇ। ਇਸ ਮਸਲਿਆਂ 'ਤੇ ਫਿਲਮਾਂ ਬਣਾ, ਜੇ ਬਣਾਉਣੀਆਂ ਤਾਂ ਭੜਕਾਉਣ ਵਾਲੀਆਂ ਫਿਲਮਾਂ ਕਿਉਂ ਬਣਾਉਣੀਆਂ? ਇਹ ਕਦੇ ਇਹਨਾਂ ਨਾਲ ਵਰਤ ਕੇ ਵੇਖੋ ਇਹ ਕਿਹੋ ਜਿਹੇ ਆ। ਸਾਨੂੰ ਤੁਸੀਂ ਇੰਨਾ ਦੇਸ਼ ਦੇ ਵਿੱਚ ਸਾਡਾ ਕਿਰਦਾਰ ਬਣਿਆ ਹੋਇਆ ਅਤੇ ਸਾਡਾ ਕਿਰਦਾਰ ਨਾ ਮਾਰੋ, ਬੇਨਤੀ ਆ। ਸਾਡੇ ਨਾਲ ਬਹੁਤ ਵੱਡੀਆਂ ਸਾਜ਼ਿਸ਼ਾਂ ਹੋ ਰਹੀਆਂ। ਅਫਸੋਸ ਇਸ ਗੱਲ ਦਾ ਕਿ ਜਿਹੜੇ ਸਾਡੇ ਮੰਤਰੀ ਆ ਉਹ ਸਾਡੀ ਬੋਲੀ ਨਹੀਂ ਬੋਲਦੇ। ਅਫਸੋਸ ਇਸ ਗੱਲ ਦਾ ਕਿ ਸਾਡੇ ਪੰਜਾਬ ਦੇ ਵਿੱਚ ਸਾਡੇ ਧੀਆਂ ਪੁੱਤ ਬਾਹਰ ਚੱਲੇ ਆ, ਯੂਪੀ ਰਾਜਸਥਾਨ ਹਰਿਆਣਿਆਂ ਨੂੰ ਆ ਕੇ ਨੌਕਰੀਆਂ ਮਿਲ ਰਹੀਆਂ ਸੀ, ਕਹਿੰਦੇ ਦਿਓ ਨੌਕਰੀਆਂ,
ਪਰ ਪਹਿਲਾਂ ਪੰਜਾਬ ਦਾ ਢਿੱਡ ਤਾਂ ਭਰ ਦਿਓ। ਜਿਹਦੇ ਪੰਜਾਬ ਦੇ ਵਿੱਚ ਕੋਈ ਨੌਜਵਾਨ ਲੱਗਣ ਵਾਲਾ ਨਾ ਹੋਇਆ ਉਹ ਦੋਨਾਂ ਨੂੰ ਰੱਖ ਲਓ ਜੀ। ਸਾਡੇ ਬਾਰੇ ਸੋਚੋ ਕਦੇ, ਪੰਜਾਬ ਦੇ ਲੋਕਾਂ ਵਾਸਤੇ। ਤੁਸੀਂ ਪੰਜਾਬ ਨੂੰ ਸਿੱਧਾ ਕੋਈ ਬੰਬ ਬੁੰਬ ਸਿੱਟ ਦਿਓ, ਸਾਨੂੰ ਐਂ ਮਾਰ ਮਾਰ ਸੂਈਆਂ ਨਾ ਥੜਪਾਓ, ਬੰਬ ਸਿੱਟ ਕੇ ਉਂਝ ਮਾਰ ਦਿਓ। ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਆ ਕਿ ਸਰਕਾਰ ਜੀ, ਇਹ ਦੇਸ਼ ਤੁਹਾਡਾ, ਅਸੀਂ ਤੁਹਾਡੇ, ਤੁਸੀਂ ਸਾਡੇ, ਇਸ ਦੇਸ਼ ਦੇ ਵਿੱਚ ਬੈਠੇ ਹਾਂ, ਪਰ ਸਾਨੂੰ ਇੰਨਾ ਜਲੀਲ ਨਾ ਕੀਤਾ ਜਾਵੇ। ਜੇ ਸਾਨੂੰ ਜਲੀਲ ਕਰਨਾ ਤਾਂ ਸਾਡਾ ਕਸੂਰ ਕੀ ਆ ਕਿ ਅਸੀਂ ਸੱਚ 'ਤੇ ਬੋਲ ਪੈਂਦੇ ਹਾਂ? ਸਾਡਾ ਕਸੂਰ ਕੀ ਆ ਕਿ ਜਦੋਂ ਕੋਈ ਕਿਸੇ 'ਤੇ ਅੱਤਿਆਚਾਰ ਹੁੰਦਾ ਹੋਵੇ ਅਸੀਂ ਉੱਥੇ ਜਾ ਕੇ ਖੜ੍ਹ ਜਾਂਦੇ ਹਾਂ? ਸਾਡਾ ਇਹ ਕਸੂਰ ਆ। ਜੇਕਰ ਇਹ ਕਸੂਰ ਆ ਤਾਂ ਫਿਰ ਅਸੀਂ ਮਾਫ਼ੀ ਚਾਹੁੰਦੇ ਹਾਂ, ਔਰ ਜਿਹੜੇ ਜ਼ੁਲਮਾਂ ਦੇ ਖਿਲਾਫ਼ ਲੜੇ ਆ ਫਿਰ ਉਹਨਾਂ ਦੇ ਸਾਹਮਣੇ ਖਲੋ ਕੇ ਤੁਸੀਂ ਸਲੂਟ ਨਾ ਮਾਰਿਆ ਕਰੋ, ਉੱਥੇ ਨੀਵੀਂ ਪਾ ਕੇ ਖੜ੍ਹ ਜਾਇਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਕਰ ਮੈਂ ਕਿਸੇ ਵੀ ਦੇਸ਼ ਦੇ ਵਿਅਕਤੀ ਦੇ ਵਿਰੁੱਧ ਗੱਲ ਕੀਤੀ ਹੋਵੇ ਉਹਦੇ ਵਾਸਤੇ ਮੈਂ ਮਾਫ਼ੀ ਚਾਹੁੰਦਾ, ਪਰ ਮੈਨੂੰ ਲੱਗਦਾ ਮੈਂ ਸੱਚ ਬੋਲਿਆ। ਅਤੇ ਜੇਕਰ ਇਸ ਸੱਚ ਦੇ ਵਿੱਚ ਕਿਸੇ ਨੂੰ ਮੇਰੇ ਸ਼ਬਦ ਚੁਭੇ ਆਉਣ, ਦੋਨੇ ਹੱਥ ਜੋੜ ਕੇ ਸਿਰ ਨਵਾ ਕੇ ਮੈਂ ਤੁਹਾਡੇ ਕੋਲੋਂ ਮਾਫ਼ੀ ਚਾਹੁੰਦਾ।